ਪਰਮ ਸਤਕਾਰਯੋਗ ਇਸ ਇਲਾਕੇ ਦੀਆਂ ਪ੍ਰਤੀਸ਼ਠ ਸ਼ਖਸੀਤਾਂ ਔਰ ਮੇਰੇ ਸਾਹਮਣੇ ਇਸ ਇਲਾਕੇ ਦੇ ਮੇਰੇ ਭਰਾਵੋ ਭੈਣੋ ਮੇਰੇ ਅਜ਼ੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਪਾਸ ਬੇਨਤੀ ਕਰਨ ਆਇਆ ਅਰਜ਼ੋਈ ਕਰਨ ਆਇਆ ਕਿ ਤੁਹਾਡੇ ਇਸ ਇਲਾਕੇ ਦੇ ਉਮੀਦਵਾਰ ਸਰਦਾਰ ਤਰਲੋਚਨ ਸਿੰਘ ਖੜੇ ਹਨ ਪਿਛਲੀ ਵਾਰੀ ਬਹੁਤ ਘੱਟ ਵੋਟਾਂ ਤੋਂ ਇਹ ਹਾਰ ਗਏ ਸਨ ਜਿਸ ਕਰਕੇ ਜੋ ਸੇਵਾ ਇਹਨਾਂ ਨੂੰ ਤੁਹਾਡੀ ਕਰਨੀ ਚਾਹੀਦੀ ਸੀ ਉਹ ਨਹੀਂ ਸੀ ਕਰ ਸਕਿਆ ਅਸੀਂ ਦੁਬਾਰਾ ਇਸ ਵਾਸਤੇ ਨਾਮਜ਼ਦ ਕੀਤਾ ਜਿਸ ਤਰ੍ਹਾਂ ਭੱਗਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇਸ ਵੇਰੇ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਪਾਣੀ ਕਰਕੇ ਬੰਗਲਾ ਸਾਹਿਬ ਹਾਜ਼ਰੀ ਭਰਦੇ ਹਨ। ਔਰ ਜਿਸ ਕੋ ਲੋਕੀ ਜਾ ਰਹੇ ਹੁੰਦੇ ਨੇ ਇਹਨਾਂ ਦੇ ਆੜ ਦਾ ਵਕਤ ਹੁੰਦਾ ਹੈ। ਖਾਲੀ ਆਈ ਨਹੀਂ ਇਹਨਾਂ ਦੇ ਸਮੁੱਚੇ ਪਰਿਵਾਰ ਦਾ ਇਹਨਾਂ ਦੇ ਬਾਲਦੈਨ ਦਾ ਇਹ ਹੀ ਪ੍ਰੋਗਰਾਮ ਹੁੰਦਾ ਸੀ ਸਾਰੀ ਜ਼ਿੰਦਗੀ ਵਿੱਚ। ਇਹ ਕੋਰੋਨਾ ਕਰਕੇ ਰੁਕੇ ਹੋਣ ਤੇ ਮੈਂ ਕਹਿ ਨਹੀਂ ਸਕਦਾ ਪਰ ਇਸ ਪਰਿਵਾਰ ਨੇ ਹਮੇਸ਼ਾ ਗੁਰੂ ਪ੍ਰਤੀ ਸ਼ਰਧਾ ਤੇ ਸਤਿਕਾਰ ਇਵੇਂ ਪੇਟ ਕੀਤਾ ਹੈ। आज ਤੁਹਾਡੇ ਇਲਾਕੇ ਚੋਂ ਮੈਨੂੰ ਪਤਾ ਕਿ ਬਰਾਲ ਨੇ ਖੜਾ ਹੋਣਾ ਹੈ ਕਿ ਜੀਤੀ ਨੇ ਖੜਾ ਹੋਣਾ ਹੈ ਮੈਂ ਪੁੱਛਣਾ ਚਾਹੁੰਦਾ ਮੈਂ ਕੋਈ ਬਰਾਲ ਦੀ ਇਹ ਗੱਲ ਤੇ ਨਹੀਂ ਸੁਣੀ ਬਈ ਇਸ ਨੇ ਕੋਈ ਏਰਾਫੇਰੀ ਕੀਤੀ ਹੈ ਮੈਨੂੰ ਸੁਣੀ ਮੈਂ ਝੂਠ ਇਲਜ਼ਾਮ ਕਦੇ ਨਹੀਂ ਲਾਣਾ ਪਰ ਮੈਂ ਪੁੱਛਣਾ ਚਾਹੁੰਦਾ ਬਈ ਤੂੰ ਐਡਾ ਤਕੜਾ ਸਿੱਖ ਹੋ ਕੇ ਇਤਨੀ ਵੱਡੀ ਪਰਸੈਂਟ ਨੂੰ ਹਰਾ ਕੇ ਗੁਰਦੁਆਰੇ ਪਹੁੰਚੇ ਆਂ ਤੂੰ ਕੀਤਾ ਕੀ ਹੈ ਕਟੋ ਘਾਟਰ ਦੇ 250 ਕਰੋੜ ਦਾ ਗਵਨ ਪਿਛਲੇ 4 ਸਾਲਾਂ ਚ ਹੋਇਆ ਹੈ ਤੂੰ ਉਹਦੇ ਕਦੀ ਕੋਈ ਆਵਾਜ਼ ਠਾਈ ਭਾਈ ਇਹ ਗਵਨ ਹੋ ਰਿਹਾ ਮੈਂ ਇਹ ਤੁਹਾਡੀਆਂ ਬੇਮਾਨੀਆਂ ਬਿਲਕੁਲ ਪਸੰਦ ਨਹੀਂ ਕਰਦਾ ਤੁਸੀਂ ਕੋਈ ਸੁਣੀ ਹੈ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਕਦੀ ਅਖਬਾਰ ਚ ਨਹੀਂ ਪੜੀ ਮੈਂਬਰੀ ਕਰਕੇ ਚਲਾ ਗਿਆ ਔਰ ਗਜ਼ਬ ਦੀ ਗੱਲ ਹੈਗੀ ਵੀ ਮੈਂਬਰੀ ਕਰਨ ਲੱਗਿਆ ਇਸ ਤੇ ਦਾਗ ਵੀ ਕੋਈ ਨਹੀਂ ਲੱਗਾ ਫਿਰ ਛੂਟਿਕਟ ਵੀ ਨਹੀਂ ਦਿੱਤੀ ਜਾ ਰਹੀ ਕਿਉਂ ਨਹੀਂ ਦਿੱਤੀ ਜਾ ਰਹੀ ਪੁੱਛੋ ਸਹੀ ਮਤਲਬ ਇਸ ਦੀ ਪਾਰਟੀ ਨੇ ਇਹਦੇ ਵਿੱਚ ਕਿਹੜੀ ਕਮੀ ਦੇਖੀ ਹੈ ਜਿਹੜੀ ਦੁਨੀਆ ਨੂੰ ਨਜ਼ਰ ਨਹੀਂ ਆਈ ਇਹਨੇ ਕਿਹੜੀ ਕਮੀ ਕੀਤੀ ਹੈ ਜਿਹਦੇ ਨਾਲ ਛੂਟਿਕਟ ਨਹੀਂ ਦੇ ਰਹਾ ਦੱਸਣ ਤਾਂ ਸਹੀ ਨਾ ਇਹਨਾਂ ਦਾ ਹਾਲ ਕੀ ਹੈ ਮੈਂ ਹੁਣੇ ਆ ਰਿਹਾ ਸਾਂ ਤੇ ਰਸਤੇ 'ਤੇ ਬੋਰਡ ਲੱਗੇ ਹੋਏ ਸਨ 2 ਸਾਲ ਕੰਮ ਬੇਮਿਸਾਲ ਇਦਾਂ ਮਤਲਬ ਇਹ ਹੋ ਗਿਆ ਕਿ ਪਹਿਲੇ 6 ਸਾਲ ਦਬਾ ਕੇ ਲੁੱਟਿਆ ਤੁਸੀਂ ਹਾਂਜੀ ਸਾਡੇ ਵਾਲਦ ਸਾਹਿਬ ਸਾਨੂੰ ਇੱਕ ਗੱਲ ਸਮਝਾਉਂਦੇ ਸਨ ਵੀ ਚਮਚਾ ਨਾਲ ਖਾਓਗੇ ਕਦੀ ਧੰਨ ਦੌਲਤ ਕਦੀ ਕੋਈ ਚੀਜ਼ ਖਤਮ ਨਹੀਂ ਹੋਏਗੀ ਜੇ ਬੇਲਚਿਆ ਨਾਲ ਖਾਓਗੇ ਤਾਂ ਸਖ ਖਤਮ ਹੋ ਜਾਣਗੇ ਪਰ ਇਹਨੇ ਬੇਲਚੇ ਛੱਡ ਦਿਓ ਇਹਨਾਂ ਤੇ ਜਿਹੜੀਆਂ ਹੁਣ ਮਿੱਟੀ ਫੁੱਟਣ ਵਾਲੀਆਂ ਮਸ਼ੀਨਾਂ ਲੱਗੀਆਂ ਉਹਨਾਂ ਨਾਲ ਚੁੱਕ ਚੁੱਕ ਕੇ ਖਾਈ ਗਏ ਤੇ 8 ਸਾਲਾਂ ਦੇ ਵਿੱਚ ਕੋਈ ਐਸਾ ਦਿਨ ਤੁਹਾਡੇ ਕੋਲ ਹੈ ਜਿਸ ਦਿਨ ਗੁਰਦੁਆਰਿਆਂ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਪੈਸੇ ਨਾ ਮੰਗੇ ਹੋਣ ਕਿਉਂ ਨਾ ਮੰਗਿਆ ਹੋਵੇ ਆ ਜਿਹੜੇ ਸਰਪਾ ਮਿਲਦੇ ਨੇ ਇਸ ਰੂਪੇ ਨਾ ਮੰਗਿਆ ਹੋਣਾ ਕੋਈ ਚੀਜ਼ ਦੱਸ ਦਿਓ ਜਿਹੜੀ ਇਹਨਾਂ ਨੇ ਨਹੀਂ ਮੰਗੀ ਕੋਈ ਚੀਜ਼ ਜਿਹੜਾ ਗੁਰੂ ਘਰ ਦਸਮ ਪਾਤਸ਼ਾਹ ਨੇ ਜਿਹੜੀਆਂ ਪਹਿਲੀਆਂ ਨੌ ਪਾਤਸ਼ਾਹਾਂ ਤੱਕ ਦੀ ਅਰਦਾਸ ਦਸਮ ਪਾਸ਼ਾ ਦੀ ਉਚਾਰੀ ਹੋਈ ਹੈ ਜਿਹਦੇ ਕੋਈ ਕੰਨਾ ਮਾਤਰਾ ਦਾ ਫਰਕ ਨਹੀਂ ਆ ਸਕਦਾ ਉਹਦੇ 'ਚ ਉਹਨਾਂ ਨੇ ਕਿਹਾ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦ ਆਵੈਤਾ ਹੈ ਮਲੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਕੋਈ ਬਿਮਾਰੀ ਨਹੀਂ ਰਹਿੰਦੀ ਕੁਝ ਨਹੀਂ ਰਹਿੰਦਾ ਬੰਦਾ ਸਵਸਥ ਹੋ ਜਾਂਦਾ ਬਿਲਕੁਲ ਜਿਹਦੇ ਧਿਆਨ ਨਾਲ ਹਰ ਸ਼ਹਿ ਜਿਹੜੀ ਆਕਾਲ ਪੁਰਖ ਗੁਰੂ ਤੇਗ ਬਹਾਦਰ ਸਾਹਿਬ ਦੇ ਧਿਆਨ ਨਾਲ ਨੂੰ ਦਿੰਦਾ ਹੈ ਉਹਨਾਂ ਸਥਾਨਾਂ ਤੋਂ ਤੁਸੀਂ ਮੰਨ ਰਹੋ ਸਾਰੀ ਦੁਨੀਆ ਕੋਲੋਂ ਦੁਨੀਆ ਦੇ ਵਿੱਚ ਹਰ ਕਿਸਨ ਨੂੰ ਕਿਸੇ ਇਹ ਗੱਲ ਲੋੜ ਤੋਂ ਸਮਝਦਾ ਸੀ ਵੀ ਅਗਰ ਅਸੀਂ ਕਦੀ ਦਿੱਕਤ ਵਿੱਚ ਆਵਾਂਗੇ ਤਾਂ ਦਿੱਲੀ ਸਿੱਖ ਗੁਰਦੁਆਰਾ ਪੰਧਕ ਕਮੇਟੀ ਸਾਡੇ ਤੇ ਖੜੀ ਹੈ ਅੱਜ ਊਰਸਾ ਵਾਲਿਆਂ 300 ਸਾਲਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਸਤ ਕੜਿਆ ਇੱਥੇ ਨਗਰ ਕੀਰਤਨ ਨਿਕਲਿਆ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਮਾਇਆ ਦੀ ਲੋੜੇ 50 ਲੱਖ ਰੁਪਏ ਦਿੱਤਾ ਜਾਵੇ ਅਸੀਂ 5 ਮਿੰਟਾਂ ਚੱਕ ਕੱਟ ਕੇ ਉਹਨਾਂ ਦੇ ਹਵਾਲੇ ਕਰਤਾ ਹਦਰਾਬਾਦ ਮੈਂ ਗਿਆ ਉਹ ਕਰਨ ਲਈ ਕਿ ਜੀ ਅਸੀਂ ਹਸਪਤਾਲ ਬਣਾ ਰਹੇ ਆਂ ਸਾਨੂੰ ਮਾਇਆ ਖਾਤਾ ਦਿੱਤੀ ਜਾਵੇ ਉਹਨਾਂ ਕਰੋੜ ਬੰਗਿਆ ਮੈਂ 50 ਲੱਖ ਭੇਜਿਆ ਸੀ ਮਤਲਬ ਮੈਂ ਨਹੀਂ ਭੇਜਿਆ ਦਿੱਲੀ ਕਮੇਟੀ ਨੇ ਭੇਜਿਆ ਬੋਲੇ ਸੋਨયો ਇਹ ਮੈਂ ਜਿੱਥੇ ਜਗਾ ਤੋਂ ਜਦ ਜਦ ਸਾਨੂੰ ਮੰਗ ਆਏ ਭਈ ਅਸੀਂ ਉਸ ਜਗਾ ਤੱਕ ਭੇਜੇ ਭਾਵੇਂ ਕਾਨਪੁਰ ਸੀ ਭਾਵੇਂ ਲਖਨਊ ਸੀ ਭਾਵੇਂ ਕੋਈ ਜਗਾ ਸੀ ਜਦ ਨੌਜਵਾਨ ਬੱਚਿਆਂ ਦੇ ਤਸੀਹੇ ਦਿੱਤੇ ਗਏ ਬਿਆਨਾਂ ਦੇ ਵਿੱਚ ਕੋਸ਼ ਮਨਿੰਗ ਕਮੇਟੀ ਨਹੀਂ ਪਹੁੰਚੀ ਦਿੱਲੀ ਕਮੇਟੀ ਪਹੁੰਚੀ ਸੀ ਸਾਡੇ ਇਥੋਂ ਵਕੀਲ ਗਏ ਉਹਨਾਂ ਨੇ ਕੇਸ ਲੜਿਆ ਕਾਨੂੰਨ ਮੁਤਾਬਕ ਇਹ ਲੜ ਨਹੀਂ ਸਕਦਾ ਲੋਕਲ ਬੰਦੇ ਅੰਗੇਜ ਕਰਕੇ ਉਹਨਾਂ ਨੂੰ ਸਲਾਹ ਦੇ ਕੇ ਕੇਸ ਲੜੇ ਗਏ ਹੋਰ ਪਣ ਦਸਣ ਕਿਹੜੇ ਕਿੰਨੇ ਸੈਂਕੜੇ ਮਸਾਲਾਂ ਅਸੀਂ ਖਾਲੀ ਦਿੱਲੀ ਦੇ ਗੁਰਦੁਆਰੇ ਦਾ ਪ੍ਰਬੰਧ ਨਹੀਂ ਕੀਤਾ ਦਿੱਲੀ ਦੇ ਸਕੂਲਾਂ ਨੂੰ ਇਤਰਾ ਉੱਪਰ ਲੈ ਕੇ ਨਹੀਂ ਗਏ ਤੁਸੀਂ ਦੇਖ ਲਓ ਤੁਹਾਡੇ ਇਲਾਕੇ ਜ ਵਾਦਾ ਕੀਤਾ ਸੀ 25 ਕਰੋੜ ਰੁਪਏ ਲਗਾ ਤੁਹਾਡੇ ਸਕੂਲ ਦੇ ਉੱਤੇ ਉਹ 2000 ਸੱਤ ਦਾ ਪਹਿਲਾ ਕੰਮ ਇਹ ਕੀਤਾ ਸੀ ਕਿ ਬਿਲਡਿੰਗ ਬਣਾਣੀ ਸ਼ੁਰੂ ਕਰਤੀ ਸੀ ਇਹਨਾਂ ਕੋਲ ਪੁੱਛੋ ਬੇਮਿਸਾਲ ਕੰਮਾਂ ਦੇ ਵਿੱਚ ਮੈਂ ਦੱਸਣ ਦਿੱਲੀ ਸੇ ਗੁਰਦੁਆਰਾ ਆਪਣਾ ਕਮੇਟੀ ਨੇ ਇੱਕ ਬੋਰੀ ਸੀਮਿੰਟ ਦੀ ਖਰੀਦੀ ਐ ਇੱਕ ਟਰੱਕ ਇੱਟਾਂ ਦਾ ਖਰੀਦਿਆ ਇੱਕ ਟਰੱਕ ਬਦਰਪੁਰ ਦਾ ਖਰੀਦਿਆ ਰੇਤੇ ਦਾ ਖਰੀਦਿਆ ਤੇ ਦੱਸ ਦੇਣ ਬਿੱਲ ਦੱਸ ਦੇਣ ਖਰੀਦਣ ਕਿ ਕਿਥੋਂ ਗੋਲਕ ਚੋਂ ਮੈਨੂੰ ਨਹੀਂ ਪਤਾ ਤੁਹਾਡੇ ਕੋਲ ਟੈਪ ਪਹੁੰਚੀ ਐ ਨਹੀਂ ਪਹੁੰਚੀ ਇਹਨਾਂ ਦੇ ਆਪਣੇ ਸੀਨੇ ਮੀਨ ਪ੍ਰਧਾਨ ਅਲਕੋ ਲੋਟੈਂਟ ਪੋਸਟਾਂ ਦੇ ਬਣੇ ਹੋਏ ਨੇ ਚੇਅਰਮੈਨ ਉਹ ਕਹ ਰਹੇ ਨੇ ਆਪਣੇ ਇੰਟਰਵਿਊ ਦੇ ਵਿੱਚ ਵੀ 80 ਲੱਖ ਰੁਪਏ ਇੱਕ ਵਾਰ ਖਾ ਗਏ 40 ਲੱਖ ਰੁਪਏ ਇੱਕ ਵਾਰ ਖਾ ਗਏ ਔਰ ਗੁਰਦੁਆਰੇ ਦੇ ਫੰਡਾਂ ਵਿੱਚੋਂ ਆਪਣੀ ਜ਼ਰੂਰਤ ਪੂਰੀ ਕਰਨ ਲਈ ਕੋਰੋਨਾ ਨੇ ਚੁੱਕ ਕੇ ਲੈ ਗਏ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਦ ਪੈਸੇ ਵਾਪਸ ਆਉਣਗੇ ਜੇ ਤੁਹਾਨੂੰ ਨਹੀਂ ਪਤਾ ਲਗਾ ਮੈਂ ਭੇਜ ਦੇਵਾਂਗਾ ਤਰਲੋਚਨ ਸਿੰਘ ਨੇ ਸਰਦਾਰ ਨੂਬ ਸਿੰਘ ਨੂੰ ਤੁਹਾਨੂੰ ਸੁਣਾ ਦੇਣਗੇ ਸਾਰੀਆਂ ਤੇ ਜਿਹੜੀ ਅਗਲੀ ਟੇਪ ਖੁੱਲਣੀ ਹੁੰਦੀ ਹੈ ਸ਼ਰਾਬੀ ਰੱਖਾ ਮੈਂ ਪੁੱਛਣਾ ਚਾਹੁੰਦਾ ਬੰਗਾ ਸਾਹਿਬ ਜਿਹੜਾ ਜੀਤੀ ਨੂੰ ਮੇਰਾ ਮੈਸੇਜ ਦੇ ਦੇਣਾ ਦੇਣਾ ਜ਼ਰੂਰ ਭਾਈ ਤੂੰ ਦਿੱਲੀ ਰਹਿੰਦਾ ਹੈ ਤੂੰ ਕਿਹਨੇ ਦੀ ਟਿਕਟ ਅਪਲਾਈ ਕਰ ਰਿਹਾ ਹੈ ਜਿਹੜੇ ਗੁਰਦੁਆਰੇ ਖਾਲੀ ਕਰ ਗਏ ਜਿਹੜੇ ਸਾਡੇ ਵਿਦਿਅਕ ادارے ਸਾਨੂੰ ਉਹਨਾਂ ਨੂੰ ਮਿੱਟੀ ਚ ਰੋਲ ਕੇ ਚਲੇ ਗਏ ਹਨ ਕਿਸ ਵਾਸਤੇ ਦੋਈ ਗੱਲਾਂ ਹੋਣ ਗਿਆ ਤੇਰੇ ਵੱਸ ਵਿੱਚ ਤੇ ਹੈ ਨਹੀਂ ਤੁਸੀਂ ਤਾਂ ਜਿਵੇਂ ਬੰਦੇ ਨੇ ਪਸ਼ੂ ਪਾਲੇ ਹੁੰਦੇ ਨੇ ਉਵੇਂ ਤੁਸੀਂ ਉਸ ਦੇ ਸਰਸੇ ਦੇ ਪਸ਼ੂ ਪਾਲਣ ਵਾਲਾ ਕੰਮ ਕਰਦੇ ਹੋ ਸਾਰੇ ਦੇ ਸਾਰੇ ਕਿਹੜਾ ਕੰਮ ਕਰਨਾ ਦੱਸੋ ਤੁਸੀਂ ਜੇ ਤੁਸੀਂ ਗੁਰਦੁਆਰੇ ਸੁਧਾਰਨੇ ਆਣਾ ਹੈ ਉਦੀ ਟਿਕਟ ਲੈਂਦਾ ਉਹ ਜਿਹੜਾ ਗੁਦਾਰੇ ਉੱਡ ਕੇ ਚਲਾ ਗਿਆ ਹੈ ਉਦੀ ਟਿਕਟ ਲੈ ਰਿਹਾ ਉਹ ਜਿਹਨੇ ਸਾਡੇ ਸਕੂਲਾਂ ਦੀ ਬਰਬਾਦੀ ਕਰਕੇ ਰੱਖ ਦਿੱਤੀ ਹੈ ਇਸੇ ਹਾਰ ਲਾਂਦੇ ਪੈਨ 2 ਸਾਲ ਕੰਮ ਬੇਮਿਸਾਲ ਕੋਈ ਸ਼ਰਮ ਜਾ ਕਰ ਲੋ ਖੁਦਾ ਦੇ ਬੰਦੇਓ ਇਹ ਖੁਦਾ ਦੇ ਬੰਦੇ ਨਹੀਂ ਕੰਮ ਕਰਦੇ ਇਹ ਜੇ ਜੇ ਨਾਨਾ ਕੀ ਤੈਨ ਮੈਨੂੰ ਸਾਖੀ ਪੂਰੀ ਯਾਦ ਨਹੀਂ ਆ ਰਹੀ ਪਰ ਗੱਲ ਇਤਨੀ ਯਾਦ ਆ ਗਈ ਕਿ ਦਸਮ ਪਾਤਸ਼ਾਹ ਜੀ ਲਗਤ ਉੱਚੀ ਨਜ਼ਰ ਕਰਕੇ ਦੇਖ ਰਹੇ ਸਨ ਤੇ ਬੜੇ ਵਿਰਾਗਮਈ ਚ ਆ ਗਏ ਨਾਲ ਦੇ ਸਾਥੀਆਂ ਨੇ ਪੁੱਛਿਆ ਵੀ ਮਹਾਰਾਜ ਕਿਉਂ ਕਹਿੰਦਨ ਮੈਂ ਦੇਖ ਰਿਹਾ ਜਦ ਸਮਾ ਆਏਗਾ ਤੇ ਮੇਰੇ ਇਸੇ ਇਸ ਗੁਰੂ ਦੇ ਤੁਹਾਨੂੰ ਖੂਬ ਲਟਾਣੇ ਖੂਬ ਖਾਣ ਗਏ ਅਜੋ ਸਮੇ ਇਹ ਪਤਾ 2021 ਸੰਨ ਕਿਉਂ ਮੱਤਾ ਹੈਗੀ ਅੱਜ ਤੋਂ ਠੀਕ 100 ਸਾਲ ਪਹਿਲਾਂ ਭਾਈ ਲਛਮਣ ਸਿੰਘ ਭਾਈ ਦਲੀਪ ਸਿੰਘ ਨੇ ਆਪਣੇ 172 ਸਾਥੀਆਂ ਸਮੇਤ ਨਨਕਾਣਾ ਸਾਹਿਬ ਦੇ ਵਿੱਚ ਜੋ ਕੁਝ ਇਹ ਕਰ ਰਹੇ ਨੇ ਇਤਨਾ ਕੁਝ ਹੋਰ ਨਹੀਂ ਸੀ ਕਰ ਰਿਹਾ ਇਤਰਾ ਕੋ ਜੋ ਹੁਣੇ ਸੀ ਕਰ ਰਿਹਾ ਤੇ ਉਹਨਾਂ ਨੂੰ ਕੱਢਣ ਲਈ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦੇਤੀਆਂ ਕੋਈ ਲਖਮਣ ਸਿੰਘ ਨੂੰ ਇਸ ਤੋਂ ਫੜ ਕੇ ਹਿਲਾ ਨਹੀਂ ਸੀ ਸਕਦਾ ਸਵਾ 6 ਫੁੱਟ ਦਾ ਕਾਸੀ ਜਾਨ ਇਤਨੀ ਸੀ ਕਿ ਬੰਦੇ ਨੂੰ ਬਚਿਆ ਕਰਨ ਚੁੱਕੇ ਤੇ ਪਰੇ ਕਰਦੇ ਹੋਏ ਪਰ ਕਹਿੰਦਾ ਨਾ ਮੈਂ ਆਪਣੇ ਗੁਰਦੁਆਰੇ ਆਜ਼ਾਦ ਕਰਾਂਣੇ ਆਪਣੀ ਸ਼ਹਾਦਤ ਦੇਵਾਂਗਾ ਆਪਣੀ ਤਾਕਤ ਦੇ ਜੋਰ ਨਾਲ ਇਸ ਨੂੰ ਕਰਾਂਗਾ ਮਹਾਰਾਜ ਦੀ ਹਜ਼ੂਰੀ ਬੈਠਿਆ ਉਹ ਗੋਲੀਆਂ ਖਾ ਕੇ ਸ਼ਹੀਦ ਹੋਏ। ਬਾਹਰ ਜਿਹੜੇ ਸਿੰਘ ਸਨ ਕੋਈ ਸਾਹ ਨਹੀਂ ਕਿੜੇ-ਕਿੜੇ ਤਸੀਹੇ ਦਿੱਤੇ ਗਏ ਉਹਨਾਂ ਨੂੰ। ਕਈਆਂ ਨੂੰ ਹਲੇ ਸਾਸੀ ਤੇ ਤਾਂ ਵੀ ਤੇਲ ਪਾ ਕੇ ਸਾੜਤਾ ਗਿਆ। ਤਾਂ ਸਾਡੇ ਗੁਰਦੁਆਰੇ ਆਜ਼ਾਦ ਹੋਏ। ਅੱਜ ਤੁਸੀਂ ਮੰਤ ਨਰੈਣੂ ਵਰਗੇ ਸਾਂਕੜੇ ਜਮ ਜਾਣਦੇ ਤੁਸੀਂ ਉਹਨਾਂ ਦੇ ਪਿਓ ਜੰਮੇ ਹੋ। ਮੈਂ ਕਿਸ ਵਾਸਤੇ ਗੱਲ ਕਰ ਰਿਹਾ। ਮਾਨਤਨ ਰਾਣੂ ਦੇ ਕੋਲ ਇੱਕ ਵਾਰ ਨਹੀਂ ਆਈ ਬਈ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਹੋਵੇ ਇੱਕ ਵਾਰ ਇੱਕ ਵਾਰ ਇਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਦਵੀਆਂ ਕਰਕੇ ਰੱਖ ਦਿੱਤੀਆਂ ਪਰ ਗਾੜੀ ਦਾ ਮਸਲਾ ਭੁੱਲ ਗਏ ਤੁਸੀਂ ਮਨ ਬੜੀ ਸ਼ਰਮ ਆਈ ਜਿੱਲੇ ਮੈਂ ਬਾਹਰ ਜਾਂਦਾ ਸਾਂ ਮੈਂ ਤਾਂ ਕਹਿੰਦਾ ਜੇ ਸਮਰੱਥਾ ਹੋਵੇ ਤਾ ਬਰਾੜ ਅੱਜ ਕਵੇਂ ਮੈਂ ਜ਼ਿਲਤ ਭਰੀ ਮੈਮਰੀ ਤੁਹਾਡੇ ਕੋਲ ਟਕੜਨੀ ਲੈਣੀ ਮੈਂ ਖੜਾ ਤਰੋਚਨ ਸਿੰਘ ਦੇ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਦਾ ਬਦਲਾ ਲਵਾਗਾ ਵਾਗਾ ਚੋਈ ਗੁਰੂ ਗ੍ਰੰਥ ਸਾਹਿਬ ਦੀ ਬਗਵੀ ਦਾ ਵਸਲਾ ਲਵਾਗਾ ਸਕੂਲਾਂ ਦੀ ਹੋਈ ਬਰਬਾਦੀ ਦਾ ਬਦਲਾ ਲਵਾਗਾ ਜਿਹੜਾ 550 ਬੈੱਡ ਦਾ ਹਸਪਤਾਲ ਨਹੀਂ ਬਣਨ ਦਿੱਤਾ ਮੈਂ ਉਹਦਰਾ ਬਦਲਾ ਲਵਾਗਾ ਤੁਹਾਨੂੰ ਪਤਾ ਹੈ ਇਹਨਾਂ 10 ਸਾਲਾਂ ਦੇ ਵਿੱਚ ਦਿੱਲੀ ਕਮੇਟੀ ਨੂੰ ਕਟੋਗਾਟ 100 ਕਰੋੜ ਰੁਪਏ ਤੋਂ ਉਪਰ ਦੀ ਆਮਦਨ ਹੋਣੀ ਸੀ ਇਸ ਹਸਪਤਾਲ ਦੀ 30 ਸਾਲਾਂ 'ਚ 540 ਕਰੋੜ ਘੱਟੋ ਘਾਟ ਵੱਤਵਾਦ 840 ਕਰੋੜ ਇਹਨਾਂ ਨੇ ਬੰਦ ਕਰਵਾ ਕੇ ਹਸਪਤਾਲ ਅੱਜ ਇੱਕ ਵੀ ਦਿੱਲੀ ਦਾ ਸਿੱਖ ਸਿਹਤ ਜਾਬੀ ਵੱਲੋਂ ਪੜਾਈ ਵੱਲੋਂ ਨਹੀਂ ਸੀ ਰਹਿਣਾ ਅਸੀਂ ਪਾਸ ਕਰਾਇਆ ਸੀ ਇਸ ਹਸਪਤਾਲ ਦੀ ਆਮਦਨ ਸਿੱਖਾਂ ਦੀ ਸਿੱਧ ਯਾਤਰੀ ਲਈ ਖਰਚੀ ਜਾਏਗੀ ਜਾਂ ਪੜ੍ਹਾਈ ਲਈ ਖਰਚੀ ਜਾਏਗੀ ਇਸ ਦੇ ਕੋਈ ਗੁਰਦੁਆਰੇ ਕੋਈ ਸਰਾਵਾਂ ਜਾਂ ਕੋਈ ਹੋਰ ਚੀਜ਼ ਨਹੀਂ ਬਣਨ ਗਿਆ ਇਹਨਾਂ ਨੇ ਫਰਾ ਕਰਕੇ ਰੱਖਤਾ 8500 ਆ ਸਾਡੇ ਸਕੂਲਾਂ ਚੋਂ ਨਿਕਲ ਗਿਆ ਉਹ ਜਿਹੜਾ ਬੱਚਾ 8000 ਦੂਏ ਸਕੂਲਾਂ ਚ ਗਿਆ ਹੈ ਉਹ ਧਾਰਮਿਕ ਵਿਦਿਆ ਕਿੱਥੋਂ ਲੈਣਗੇ ਜੀ ਕਿੱਥੋਂ ਪੜ੍ਹਨਗੇ ਕਿੱਥੇ ਜਪਜੀ ਸਾਹਿਬ ਯਾਦ ਕਰਨਗੇ ਕਿੱਥੇ ਸ਼ਬਦ ਯਾਦ ਕਰਨਗੇ ਕਿਸ ਨਾਲ ਅਰਦਾਸ ਕਰਨਗੇ ਮੈਨੂੰ ਦੱਸ ਦਿਓ ਇੱਕ ਤੁਹਾਡੇ ਇਲਾਕੇ ਦਾ ਉਹ ਡਾਕਟਰ ਮਾਨ ਹੈਗਾ ਪਤਨ ਕਿਹੜੀ ਡਿਗਰੀ ਲੈ ਕੇ ਡਾਕਟਰ ਬਣਿਆ ਹੋਇਆ ਹੈ ਹੈ ਜੀ ਮਤਲਬ ਨਿਹਾਲ ਵਿਹਾਰ ਤੇ ਚੰਦਰਵਾਰ ਇੱਕ ਸੀ 2 ਸਾਲ ਪਹਿਲੇ ਜਿਹੜੀਆਂ ਚੋਣਾ ਹੋਈਆਂ ਸਨ ਉਹਦੇ ਕੋਲੋਂ ਪੈਸੇ ਨਿਕਲ ਗਏ ਬਈ ਦਿੱਲੀ ਗਵਰਟੀ ਦੇ ਪੈਸੇ ਵੰਡਣ ਗਿਆ ਹਰ ਸਮਰਤ ਕੋਰ ਨੂੰ ਤੁਸੀਂ ਫੋਟੋਆਂ ਵੇਖਿਆ ਨਹੀਂ ਵੇਖਿਆ ਨਹੀਂ ਤਾਂ ਭੇਜ ਦੇਣਾ ਚਾਨਾ ਖੁੱਲਾ ਆ ਸਿਰ ਚੋਂ ਜੁੱਤੀਆਂ ਮਾਰਦੇ ਪੈਣ ਸ਼ਕਲ ਪਛਾਣ ਨਹੀਂ ਹੁੰਦੀ ਦੂਜਾ ਉਮੀਦਵਾਰ ਮੈਂ ਇੱਕ ਗੱਲ ਕਹਿੰਦਾ ਮੈਂ ਗੱਲ ਕਹਿੰਦਾ ਪੱਗਾ ਸਾਹਿਬ ਜੀਤੀ ਨੂੰ ਪੁੱਛੋ ਕਈ ਬੰਦੇ ਅਮਰਤ ਨਹੀਂ ਛੱਕਿਆ ਹੁੰਦਾ ਕਹਿੰਦੇ ਉਹਨਾਂ ਨਾਲ ਅਮਰਤ ਛੱਕ ਲੈਣਾ ਉਹਨੂੰ ਤੂੰ ਕਸਮ ਖਾ ਸਿੰਘ ਸਭਾ ਦਾ ਪ੍ਰਧਾਨ ਹੈ ਪਿਆਜ ਤੋਂ ਬਾਅਦ ਤੇਰੇ ਕਰਨਾ ਸ਼ਰਾਬ ਵੰਡੀ ਜਾਏਗੀ ਤੇ ਨਾ ਤੂੰ ਸ਼ਰਾਬ ਪੀਵੇਂਗਾ ਤੁਸੀਂ ਕਹੋ ਜੇ ਮੇਰੀ ਇਹ ਟੇਪ ਉਹਦੇ ਕੋਲ ਪਹੁੰਚਾ ਦਿਓ ਤਾਂ ਮਨ ਕੋਈ ਨਹੀਂ ਮੈਂ ਗੁਰੂ ਰਕਸ਼ਨ ਨਗਰ ਜਾ ਕੇ ਉਹਦੇ ਸਾਹਮਣੇ ਬੋਲਾਂਗਾ ਹਿੰਮਤ ਆ ਤੇ ਕਰਕੇ ਵਿਖਾਏ ਕੋ ਜੂ ਦਾਤਾ ਜੀ ਦਾ ਸੁਧਰ ਜਾਏ ਜਾਂ ਖੜਾ ਹੁਣ ਤੋੜ ਜਾਏ ਇਹਨਾਂ ਨੂੰ ਇਹ ਜਿਹੇ ਸਬਕ ਸਿਖਾ ਦਿਓ ਕਿ ਮੁੜ ਕੇ ਏ ਜੇ ਨਸ਼ਾ ਕਰਨ ਵਾਲੇ ਇਹ ਜੇ ਲੋਕ ਜਿਹੜਾ ਇਹ ਜੇ ਬਾਦਲ ਦਲੀਆਂ ਦੇ ਦੁਰਾਚਾਰੀਆਂ ਦਾ ਗੁਰੂ ਕਾ ਦੀ ਵਿਦਵੀ ਕਰਨ ਵਾਲਿਆਂ ਦਾ ਜਿਹੜਾ ਸਾਧਨ ਉਹਨਾਂ ਦਾ ਟੋਟਲ ਬਾਇਕਾਟ ਕਰਕੇ ਰੱਖ ਦਿਓ ਕਹਿੰਦਾ ਮੈਂ ਪੈਸੇ ਦੇ ਜੋਰ ਨਾਲ ਜਿੱਤਾਂਗਾ ਜੀ ਕਮਾਲ ਹੋ ਗਈ ਇਸ ਤੋਂ ਵੱਧ ਕੋਈ ਸਿੱਖ ਦੀ ਬੇਇੱਜ਼ਤੀ ਕਰ ਸਕਦਾ ਜਿਸ ਸਿੱਖ ਦੇ ਸਿਰ ਦੇ ਉੱਤੇ ਅਸੀਂ ਅਸੀਂ ਰੁਪਏ ਦਾ ਮੁੱਲ ਪਿਆ ਹੋਵੇ ਆ ਜੋ ਸਿੱਖ ਦੇ ਸਿਰਦਾ ਇਹ ਮਲਬਾ ਜਾਣ ਇਹ ਮਲਬਾਣ ਜੋ ਗਿਆ ਹੈ ਨਾ ਮੇਰੀ ਬੇਨਤੀ ਹੈ ਹੱਥ ਜੋੜ ਕੇ ਇਹ ਵਕਤ ਹੈ ਆਪਣੇ ਆਪ ਨੂੰ ਪਛਾਣੋ ਆਪਣੇ ਆਪ ਨੂੰ ਸਿਆਸਤ ਤੋਂ ਉੱਪਰ ਰੱਖੋ ਤੇ ਇਨਾ ਬੇਈਮਾਨਾਂ ਨੂੰ ਪੰਤਰੋਿਆਂ ਨੂੰ ਗੁਰੂ ਦੀ ਬਦਵੀ ਕਰਨ ਵਾਲਿਆਂ ਨੂੰ ਮੂੰਹ ਨਾ ਲਾਣਾ ਔਰ ਇਤਨੀਆਂ ਵੋਟਾਂ ਨਾਲ ਜਿਤਾਣਾ ਮੁੜ ਕੇ ਕੋਈ ਗੁਰੂ ਘਰ ਦੇ ਵੀ ਵਿਦਵੀ ਕਰਨ ਵਾਲਾ ਗੁਰੂ ਤੋਂ ਬੇਮੁਖ ਹਿੰਮਤਾ ਕਰ ਸਕੇ ਤੁਹਾਡੇ ਆਕ ਕੋ ਲਾ ਕੇ ਵੋਟਾਂ ਮੰਗਣ ਦੀ ਇਤਨੀਕ ਬੇਨਤੀ ਕਰਦਾ ਹਾਂ ਆਖੇ ਮਾਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਇਹ ਗੱਲ ਮੈਂ ਕਹਿ ਦੇਣੀ ਚਾਹੁੰਦਾ ਖਾਲੀ ਆਇ ਨਹੀਂ ਕਿ ਮੈਂ ਇਹ ਗੱਲ ਕਰਕੇ ਅਗੜੀਆਂ ਗੱਲਾਂ ਦੋ ਕਰਨ ਕੇ ਖਤਮ ਕਰਾਂਗਾ ਅਸੀਂ ਆਪਣੇ ਸਕੂਲਾਂ ਨੂੰ ਉਸ ਲੈਵਲ ਤੇ ਲੈ ਕੇ ਜਾਵਾਂਗੇ ਜਿਹੜੇ ਦਿੱਲੀ ਦੇ ਮੰਨੇ ਪਰਮਨੈਂਸ ਸਕੂਲ ਹਨ ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਭਈ 200 ਰੁਪਏ ਦੀ ਫੀਸ ਵਾਲਾ ਅਸੀਂ ਸਕੂਲ ਖੋਲਾਂਗੇ ਖੋਲਿਆ ਹੁਣ ਅਸੀਂ ਤੁਹਾਨੂੰ ਵਾਅਦਾ ਕਰਦੇ ਆਂ ਭਾਵੇਂ ਇੰਨੀ ਜਗ੍ਹਾ ਦੇ ਦੇਣੀ ਇੱਥੇ ਅਸੀਂ ਤੁਹਾਡੇ ਵਾਸਤੇ ਹਸਪਤਾਲ ਵੀ ਖੋਲਾਂਗੇ ਪਿਛਾ ਨਹੀਂ ਟੰਗੇ ਜਿਹੜੇ ਅੱਜ ਜਿਨ੍ਹਾਂ ਕੋਲ ਅੱਜ ਘਿਓ ਖਰੀਦਣ ਜੋਗੇ ਪੈਸੇ ਨਹੀਂ ਨਾ ਗੁਰੂ ਨੇ ਚਾਇਆ ਜੇ ਰਾਸ਼ਟਰਪਤੀ ਭਵਨ ਵਿਕੇਗਾ ਤਾਂ ਉਹਨੂੰ ਹੀ ਗੁਰਦਾਰਾ ਰਕਾਬ ਕਹਿੰਦਾ ਸਾਥ ਬਣਾ ਕੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ